गलती हुई है आप सारी संगतों को और गुरु महाराज के बाणी को और आप माफ़ी मंगते हैं जी। गुरु साहब के दरबार से खड़ा होकर नीटू शटर वाला माफ़ी मंगना चाहना जी। तो नहीं भी कोई नीटू शटर वाला ही कई कई हमें भी माड़ा बंदा माड़ा कहता भाजी मीडिया मगर मगर तुरै फिरता वेखो जो पर कि सैलिब्रिटी होंगी है। दोबारा कभी गलती नहीं करांगा जी, गलती करांगा जो बनती कार्रवाई होगी बाबा जी आप गवाह वा जी सात संगत सारी संगत मेरे से जो कार्रवाई करना चाहे कर दे जी। किस्सा जी बहुत किस्मत माड़ी है जी, मैं की दसा साढ़े घर के हालात माड़े है। ਕੋਲੋਂ ਇਹਨੇ ਮਾਫ਼ੀ ਮੰਗੀ ਹੈ ਅਤੇ ਗੁਰੂ ਸਾਹਿਬ ਦੀ ਹਾਜ਼ਰੀ ਸੰਗਤ ਵੱਲੋਂ ਇਹਨੂੰ ਮਾਫ਼ ਕੀਤਾ ਗਿਆ ਵਾ, ਮੌਕਾ ਕਿ ਦਿੱਤਾ ਗਿਆ ਵਾ ਤਾੜਨਾ ਕਰਕੇ, ਜੇਕਰ ਦੁਬਾਰਾ ਇਹਨੇ ਕੋਈ ਇਹੋ ਜਿਹੀ ਕਰਤੂਤ ਕੀਤੀ ਫਿਰ ਬਣ ਦੀ ਕਾਰਵਾਈ 'ਤੇ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਤੋਂ ਪ੍ਰਮਾਣ ਕਰਦੇ ਹਾਂ ਜੀ, ਜਿਹੜੀ ਸਾਡੇ ਕੋਲ ਗਲਤੀ ਹੋਈ ਆ ਆਪਾਂ ਸਾਰੀਆਂ ਸੰਗਤਾਂ ਕੋ ਔਰ ਗੁਰੂ ਮਹਾਰਾਜ ਦੇ ਬਾਣੀ ਕੋ ਔਰ ਆਪਾਂ ਮਾਫ਼ੀ ਮੰਗਦੇ ਹਾਂ ਜੀ। ਗੁਰੂ ਮਾਨਿਓ ਗ੍ਰੰਥ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵੀ ਹੈ ਨਹੀਂ ਗਾ ਜੀ। ਗੁਰੂ ਸਾਹਿਬ ਦੇ ਘਰਾਂ ਵਿੱਚੋਂ ਮਾਫ਼ੀ ਮਿਲ ਗਈ, ਉਹਨੂੰ ਸਮਝੋ ਸੱਤ ਜਨਮ 'ਚ ਮਾਫ਼ੀ ਮਿਲ ਗਈ। ਮੈਂ ਸਾਰੀ ਸੰਗਤ ਕੋ ਔਰ ਗੁਰੂ ਸਾਹਿਬ ਦੇ ਦਰਬਾਰ 'ਚ ਖੜਾ ਹੋ ਕੇ ਅੱਜ ਨੀਟੂ ਸ਼ਟਰਾਂ ਵਾਲਾ ਮਾਫ਼ੀ ਮੰਗਣਾ ਚਾਹੁੰਦਾ ਜੀ। ਜੇ ਮੇਰੇ ਮੂੰਹ 'ਚ ਮਤਲਬ ਗਲਤ ਸ਼ਬਦ ਨਿਕਲਿਆ ਸੀਗਾ ਜੀ, ਗੁਰੂ ਸਾਹਿਬ ਦੇ ਦਿਮਾਗ ਦੇ ਵਿੱਚ ਮੇਰੇ ਪਤਾ ਨਹੀਂ ਕਿਸੇ, ਮੈਂ ਤੀਸਰੀ ਫੇਲ ਬੰਦਾ ਵਾਂ ਜੀ। ਬਾਕੀ ਇੱਕ ਵਾਰੀ ਮੈਨੂੰ ਮਾਫ਼ ਕਰ ਦਿਉ ਅਤੇ ਮੈਂ ਦੁਬਾਰਾ ਕਦੀ ਗਲਤੀ ਨਹੀਂ ਕਰਾਂਗਾ ਜੀ, ਗਲਤੀ ਕਰਾਂਗਾ ਜੋ ਬਣਦੀ ਕਾਰਵਾਈ ਹੋਏਗੀ ਬਾਬਾ ਜੀ ਆਪ ਗਵਾਹ ਵਾ ਜੀ ਸਾਧ ਸੰਗਤ ਸਾਰੀ ਸੰਗਤ ਮੇਰੇ 'ਤੇ ਜੋ ਕਾਰਵਾਈ ਕਰਨਾ ਚਾਹੇ ਕਰ ਦੇ। ਪਰ ਮੈਂ ਹੱਥ ਜੋੜ ਕੇ ਸਾਰੀ ਸੰਗਤ ਕੋ ਕਿ ਆਪਣੇ ਪੂਰੇ ਹਿੰਦੂ ਪੂਰੇ ਵਰਲਡ ਕੋ ਮਾਫ਼ੀ ਮੰਗਣਾ ਚਾਹੁੰਦਾ ਜੀ ਕਿ ਜੇ ਮੇਰੇ ਕੋ ਮੈਂ ਗਲਤੀ ਕੀਤੀ ਹੈ ਤਾਂ ਮੈਨੂੰ ਇੱਕ ਵਾਰੀ ਮਾਫ਼ ਕਰ ਦਿਉ। ਨੀਟੂ ਸ਼ਟਰਾਂ ਵਾਲਾ ਖੁਦ ਵਿਵਾਦ ਘੇਰਦਾ ਹੈ ਕਿ ਉਹਨੂੰ ਵਿਵਾਦ ਘੇਰ ਕੇ ਲਿਆਉਂਦਾ? ਪਤਾ ਨਹੀਂ ਜੀ, ਕਿੱਸਾ ਜੀ ਬਹੁਤ ਕਿਸਮਤ ਮਾੜੀ ਹੈ ਜੀ। ਮੈਂ ਕੀ ਦੱਸਾਂ ਸਾਡੇ ਘਰ ਦੇ ਹਾਲਾਤ ਮਾੜੇ ਆ ਅਤੇ ਪਰ ਲੇਕਿਨ ਪਤਾ ਨਹੀਂ ਰੱਬ ਮੇਰੇ ਨਾਲ ਕਿਉਂ ਇੱਦਾਂ ਕਰ ਰਿਹਾ ਜੀ, ਮੈਨੂੰ ਨਹੀਂ ਸਮਝ ਆ ਰਹੀ ਕੁਛ ਜੀ। ਲੇਕਿਨ ਗੁਰਬਾਣੀ ਨਾਲ ਤੋੜ ਮੋੜ ਕਰਨ ਵਾਲੇ ਥੋੜ੍ਹਾ ਜਿਹਾ ਤੁਹਾਨੂੰ ਸੋਚਣਾ ਨਹੀਂ ਚਾਹੀਦਾ? ਨਹੀਂ ਜੀ, ਆਪਾਂ ਦੇਖੋ ਤੁਸੀਂ ਮੇਰੀ ਜਿੰਨੀ ਵੀਡੀਓ ਦੇਖੋਗੇ ਨਾ ਉਹ 'ਚ ਸਭ ਤੋਂ ਪਹਿਲਾਂ ਮੈਂ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਗੁਰੂ ਸਾਹਿਬ ਨਾਲ ਬਹੁਤ ਪਿਆਰ ਕਰਦਾ ਜੀ, ਦਿਲੋਂ ਕਰਦਾ ਵਾਂ ਔਰ ਦਿਲੋਂ ਕਰਦਾ ਰਹੂੰਗਾ ਜੀ। ਗੁਰੂ ਸਾਹਿਬਾਂ ਨਾਲ ਪਿਆਰ ਕਰਦੇ ਹੋ ਤਾਂ ਫਿਰ ਬਾਣੀ ਦੇ ਨਾਲ ਬਾਣੀ ਦਾ ਸਤਿਕਾਰ ਵੀ ਤਾਂ ਕਰਨਾ ਚਾਹੀਦਾ। ਅੱਜ ਮੈਂ ਗੁਰਦੁਆਰੇ ਖਾਣਾ ਜੀ, ਮੈਂ ਉਹਨਾਂ ਦੇ ਚਰਨਾਂ ਨੂੰ ਰੋਟੀ ਲਾ ਕੇ ਨਾ ਰੋਜ਼ ਸ਼ਾਮੀ ਜਾਂ ਸਵੇਰੇ ਖਾਣਾ ਜੀ ਮੈਂ। ਥੋੜ੍ਹੀ ਗੱਲ ਕਰਦੀ ਮੈਂ, ਬਾਕੀ ਉਹਨਾਂ ਕੋ ਗੁਰੂ ਸਾਹਿਬ ਕੋ ਮਾਫ਼ੀ ਮੰਗਣਾ ਚਾਹੁੰਦਾ ਜੀ। ਮੈਂ ਕਦੀ ਗੁਰੂ ਦਾ ਅਨਰਦਨ ਨਹੀਂ ਕਰਾਂਗਾ ਜੇ ਕਦੀ ਜ਼ਿੰਦਗੀ ਵਿੱਚ ਨਹੀਂ, ਕਦੀ ਸੋਚ ਨਹੀਂ ਸਕਦਾ ਜੀ, ਮੈਂ ਕਦੀ ਆਪਣੇ ਸੁਪਨੇ ਵਿੱਚ ਨਹੀਂ ਸੋਚ ਸਕਦਾ ਜੀ ਕਦੀ। ਅੱਜ ਆਏ ਹੋ ਤੁਸੀਂ? ਹਾਂਜੀ, ਅੱਜ ਮਾਫ਼ੀ ਮੰਗਾਂਗਾ ਜੀ, ਸਾਰੀ ਸੰਗਤ ਕੋ ਮੰਗਦਾ ਜੀ, ਨਾਲੇ ਮੈਂ ਪੂਰੇ ਵਰਲਡ ਕੋ ਮੰਗਦਾ ਅਤੇ ਮੈਨੂੰ ਇੱਕ ਵਾਰੀ ਮਾਫ਼ ਕੀਤਾ ਜਾਵੇ ਜੀ। ਜਲੰਧਰ ਤੋਂ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਰਹਿਣ ਵਾਲੇ ਨੀਟੂ ਛੱਟਰਾਂ ਵਾਲਾ ਅੱਜ ਅੰਮ੍ਰਿਤਸਰ ਆਇਆ। ਅੰਮ੍ਰਿਤਸਰ ਆ ਕੇ ਉਸ ਵੱਲੋਂ ਮਾਫ਼ੀ ਮੰਗੀ ਗਈ ਹੈ ਜੱਥਾ ਸਿਰਲੱਥ ਖਾਲਸਾ ਤੋਂ। ਸੇਵਾਦਾਰ ਪਰਮਜੀਤ ਸਿੰਘ ਅਕਾਲੀ ਸਾਡੇ ਨਾਲ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਅੱਜ ਨੀਟੂ ਛੱਟਰਾਂ ਵਾਲਾ ਆ ਕੇ ਇੱਥੇ ਮਾਫ਼ੀ ਮੰਗ ਕੇ ਗਿਆ, ਕੀ ਕਹੋਗੇ ਹੁਣ, ਮਾਫ਼ ਕੀਤਾ ਗਿਆ ਸੰਗਤ ਵੱਲੋਂ? ਵੇਖੋ ਜੀ, ਸੰਗਤ ਵੱਲੋਂ ਉਹਨੂੰ ਇੱਕ ਮੌਕਾ ਦਿੱਤਾ ਗਿਆ ਵਾ, ਮਾਫ਼ੀ ਸੰਗਤ ਵੱਲੋਂ ਦਿੱਤੀ ਗਈ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹਨੇ ਮਾਫ਼ੀ ਮੰਗੀ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਕੋਈ ਵੀ ਉੱਠ ਕੇ ਦੁਖੀ ਤਿੱਕੀ ਉੱਠ ਕੇ ਇਸ ਤਰ੍ਹਾਂ ਦੀਆਂ ਚਵਲਾਂ ਮਾਰੂਗਾ ਤੈਨੂੰ ਮਾਫ਼ੀ ਦਿੱਤੀ ਜਾਊਗੀ। ਇਹਨੂੰ ਮਾਫ਼ ਕਰਨ ਦਾ ਕਾਰਨ ਇਹ ਹੈ ਵੀ ਜਿਹੜੀ ਅਸੀਂ ਇਨਕੁਆਇਰੀ ਕੀਤੀ, ਜਿੰਨਾ ਕੁ ਪਤਾ ਕੀਤਾ, ਇਹਦੇ ਇਹਨੂੰ ਪਤਾ ਨਹੀਂ ਸੀ ਪੰਕਤੀ ਦੇ ਅਰਥਾਂ ਦਾ, ਨਹੀਂ ਸੀ ਅਸਲ ਦੇ ਵਿੱਚ ਪਤਾ, ਕਿਉਂਕਿ ਉਹਦੀ ਕੋਈ ਲਾਈਨ ਹੀ ਨਹੀਂ ਹੈਗੀ ਇਹ। ਪਰ ਉਹਨੇ ਇਹ ਪੰਕਤੀ ਕਿਤੇ ਸੁਣੀ ਸੁਣਾਈ ਜਿਵੇਂ ਬੰਦਾ ਬੋਲ ਦਿੰਦਾ ਬੋਲੀ, ਪਰ ਉਸ ਦੇ ਬਾਵਜੂਦ ਉਹਨੂੰ ਇੱਕ ਮੌਕਾ ਵੀ ਦਿੱਤਾ, ਨਾਲ ਵਾਰਨਿੰਗ ਵੀ ਦਿੱਤੀ ਆ, ਉਹਨੂੰ ਦੱਸਿਆ ਵੀ ਆ ਗੁਰਬਾਣੀ ਦੇ ਆਸ਼ੇ ਅਨੁਸਾਰ ਜੋ ਸਾਡੇ ਅਸੀਂ ਦੱਸ ਸਕਦੇ ਹਾਂ ਜਿੰਨੀ ਕੁ ਸਾਨੂੰ ਨਾਲ ਜਾ, ਵੀ ਤੂੰ ਗਾਂਹ ਤੋਂ ਇਹ ਕੋਈ ਕਰਤੂਤ ਨਾ ਕਰੀ, ਕਿਉਂਕਿ ਗੁਰਬਾਣੀ ਦੀ ਵਰਤੋਂ ਕਿਤੇ ਵੀ ਕਰਨੀ ਜਿਹੜੀ ਆ ਆਪਣੇ ਨਿੱਜੀ ਮਫਾਦਾਂ ਦੇ ਵਾਸਤੇ ਉਹ ਬਿਲਕੁਲ ਵੀ ਜਿਹੜੀ ਉਹ ਗਲਤ ਆ। ਬੇਸ਼ੱਕ ਕੋਈ ਵੀ ਹੋਵੇ, ਇੱਥੇ ਇਹ ਨਹੀਂ ਵੀ ਕੋਈ ਨੀਟੂ ਛੱਟਰਾਂ ਵਾਲਾ ਹੀ, ਕਈ ਕਹੀ ਜਾਂਦੇ ਵੀ ਮਾੜਾ ਬੰਦਾ ਮਾੜਾ ਕਹਦਾ ਭਾਜੀ ਮੀਡੀਆ ਮਗਰ ਮਗਰ ਤੁਰਿਆ ਫਿਰਦਾ, ਵੇਖੋ ਉਹਦੀ ਐਂ ਜੋ ਪਰ ਕਿੰਨੀ ਸੈਲੀਬ੍ਰਿਟੀ ਹੁੰਦੀ ਆ। ਇਸੇ ਕੰਮ ਵਾਸਤੇ ਕਰਦੇ ਨੇ, ਕਿਉਂਕਿ TRP ਵਾਸਤੇ ਵੀ ਉਹ ਜੀ ਚਵਲ ਮਾਰਾਂਗੇ ਤੇ ਅਸੀਂ ਬਾਅਦ ਚ ਲਾਮਲਾਈਟ ਚਾਵਾਂਗੇ, ਹੋਰ ਇਹਨਾਂ ਦੇ ਬੱਲੇ ਪੱਲੇ ਕੋਈ ਕਰਤੂਤ ਨਹੀਂ ਹੈਗੀ। ਵੀ ਇਸੇ ਵੱਲੋਂ ਇਹੀ ਕੱਪੜੇ ਪਾਰ ਲਏ ਸੀ ਆਪਣੇ ਮੀਡੀਆ ਦੇ ਸਾਹਮਣੇ, 5 ਵੋਟਾਂ ਨੂੰ ਲੈ ਕੇ ਕਾਫੀ ਵਿਵਾਦ, ਫਿਰ ਇਹਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਮੌਕੇ ਤੇ ਕੀ ਬੋਲਣਾ ਕੀ ਕਰਨਾ, ਲੇਕਿਨ ਉਹ ਬੋਲਦੇ ਨਾਲ ਵਿਵਾਦਾ ਚਾਹੁੰਦਾ ਗਿਆ, ਲੋਕ ਇਹਨੂੰ ਸੋਸ਼ਲ ਮੀਡੀਆ ਤੇ ਕਾਫੀ ਅਪ ਕਰਦੇ ਗਏ, ਟਿਕਟੋਕ ਤੇ ਕਾਫੀ ਉਹਨੂੰ ਸਟਾਰ ਬਣਾਇਆ, ਉੱਥੋਂ ਹੀ ਉਹਨੂੰ ਲੱਗਦਾ। ਹੁਣ ਵੀ ਜਿਹੜੀ ਉਹਦੀ ਇੱਕ ਕਲਿੱਪ ਜਿਹੜਾ ਵਾਇਰਲ ਹੋਇਆ ਸੀ, ਉਹਦੇ 'ਤੇ ਵੀ ਉਹਨੇ ਇਹ ਕਿਹਾ ਕਿ ਇੱਕ ਦਿਨ 'ਚ ਉਹਦੇ ਕੋਲ 1,00,000 ਕਲਿੱਪ ਪਿਆ ਜਿਹੜਾ ਟਿਕਟੋਕ ਤੇ, ਹਨਾ, ਤੇ ਕੀ ਲੱਗਦਾ ਨਹੀਂ ਕਿ ਉਹਨੂੰ ਸਮਝ ਸੀ ਇਸ ਗੱਲ ਦੀ, ਜਾਣ ਕੇ ਬੋਲੀ ਗਈ? ਮੈਂ ਤੁਹਾਨੂੰ ਕਹਿੰਦਾ ਵੀ ਪਤਾ ਇਹਨਾਂ ਨੂੰ ਸਾਰਾ ਕੁਛ ਹੀ ਹੁੰਦਾ, ਐਡੇ ਮੂਰਖ ਨਹੀਂ ਆ, ਪਤਾ ਇਹਨਾਂ ਨੂੰ ਸਾਰਾ ਕੁਛ। ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਵਾ, ਜਿਹੜਾ ਬੰਦਾ MP ਦੀ MLA ਦੀ ਇਲੈਕਸ਼ਨ ਲੜ ਰਿਹਾ, ਕਿ ਉਹ ਮੂਰਖ ਹੋਊਗਾ? ਪਤਾ ਇਹਨਾਂ ਨੂੰ ਸਾਰਾ ਕੁਛ ਆ। ਪਰ ਮੈਂ ਤੁਹਾਨੂੰ ਦੱਸਿਆ ਵੀ ਲਾਮ ਲਾਈਟ ਦੇ ਵਿੱਚ ਰਹਿਣ ਵਾਸਤੇ ਇਹ ਲੋਕ ਫੋਕੀ ਪਬਲਿਸਿਟੀ ਵਾਸਤੇ ਜੇ ਚਵਲਾ ਮਾਰਦੇ ਆ ਕਿ ਅਸੀਂ ਮਸ਼ਹੂਰ ਹੋਈਏ,
ਹੋਰ ਅੱਲੇ ਪੱਲੇ ਤਾਂ ਕੁਛ ਹੈ ਨਹੀਂ, ਨਾ ਕੋਈ ਗੋਣਾ ਦੇ ਕੋਲ, ਨਾ ਕੋਈ ਫਨੀ ਕਿਰਦਾਰ ਕਰਦਾ, ਨਾ ਕੋਈ ਹੋਰ ਕਰਤੂਤ ਆ ਪੱਲੇ। ਸਿਰਫ ਇਹ ਚਵਲਾ ਮਾਰ ਕੇ ਲਾਮ ਲੈ ਚੱਲਣਾ, ਪਰ ਇਹ ਕੁਛ ਸਮੇਂ ਵਾਸਤੇ ਹੁੰਦਾ ਵੀਰ ਜੀ, ਇਹ ਕੋਈ ਲੰਮਾ ਸਮਾਂ ਨਹੀਂ ਚੱਲਦਾ। ਕੋਈ ਗੁਣ ਹੋਵੇ ਤੇਰੇ ਕੋਲ ਤਾਂ ਤੂੰ ਗੁਣ ਨੂੰ ਪ੍ਰਮੋਟ ਸੰਗਤ ਕਰੇ, ਪਰ ਲੋਕ ਵੀ ਪ੍ਰਮੋਟ ਕਰਨਾ। ਮੈਂ ਮੀਡੀਆ ਵਾਲੇ ਵੀਰਾਂ ਨੂੰ ਵੇਖੋ ਤੁਹਾਡੇ ਥਰੂ ਬੇਨਤੀ ਕਰਨਾ ਚਾਹੁੰਦਾ ਵੀ ਜ਼ਰੂਰ ਕਰੋ ਤੁਸੀਂ ਆਪਣੇ ਚੈਨਲਾਂ ਨੂੰ TRP ਵਾਸਤੇ ਕੰਮ ਕਰੋ, ਚੈਨਲਾਂ ਨੂੰ ਪ੍ਰਮੋਟ ਕਰੋ, ਪਰ ਇਹੋ ਜਿਹਾ ਜਿਹੜਾ ਕੁਛ ਪ੍ਰਮੋਟ ਨਾ ਕਰੋ। ਜੇ ਕਿਤੇ ਮੰਨ ਲਓ ਜਿਵੇਂ ਉਹ ਇੰਟਰਵਿਊ ਲੈ ਰਿਹਾ ਸੀ ਵੀਰ, ਜਦੋਂ ਉਹਨੇ ਕੋਈ ਸ਼ਬਦ ਬੋਲਿਆ ਉਹਦਾ ਫਰਜ਼ ਬਣਦਾ ਸੀ ਉਹ ਕਲਿੱਪ ਨੂੰ ਕੱਢ ਦਿੰਦਾ। ਉਹਨੇ ਵੀ ਉਹ ਕਲਿੱਪ ਨਹੀਂ ਕੱਟੀ ਹੈਗੀ, ਕੋਈ ਸਿੱਖ ਮੁੰਡਾ ਸੀਗਾ ਮੈਂ ਦੇਖ ਰਿਹਾ ਕਿ ਉਹਨੂੰ ਨਹੀਂ ਸੀ ਪਤਾ ਉਹ ਪੰਕਤੀ ਦਾ ਮਤਲਬ ਕੀ ਨਿਕਲਦਾ, ਪਰ ਉਹਨੇ ਵੀ ਚੱਕ ਕੇ ਚਲਾਤੀ। ਸੋ ਮੀਡੀਆ ਵਾਲੇ ਵੀਰਾਂ ਨੂੰ ਥੋੜ੍ਹੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਚਾਹੀਦਾ, ਜਦੋਂ ਕਿਹੋ ਜਿਹੀ ਗੱਲ ਹੁੰਦੀ ਹੈ ਉਹਨੂੰ ਘੋਖ ਲੈਣ, ਘੋਖਣ ਤੋਂ ਬਾਅਦ ਉਹਨੂੰ ਪਬਲਿਕ ਕਰਨਾ। ਨਹੀਂ ਇਹ ਤਾਂ ਬੰਦੇ ਨੂੰ ਥੋੜ੍ਹਾ ਆਪ ਵੀ ਵੇਖਣਾ ਚਾਹੀਦਾ, ਤੁਹਾਨੂੰ ਪਤਾ ਮੀਡੀਆ ਤਾਂ ਫਿਰ ਘਰੋੜ ਘਰੋੜ ਕੇ, ਹੁਣ ਜੇ ਤੁਸੀਂ ਕੁਝ ਬੋਲ ਦੋਗੇ ਮੈਂ ਰੋਕਾਂਗਾ ਨਹੀਂ, ਚੈਨਲ ਉਸ ਚੀਜ਼ ਨੂੰ ਕੱਟ ਕੱਟ ਕੇ ਲਾਏਗਾ। ਲੇਕਿਨ ਬੰਦੇ ਨੂੰ ਵੀ ਤਾਂ ਚਾਹੀਦਾ ਨਾ ਕਿ ਬੋਲਣ ਲੱਗਿਆਂ ਕੁਝ ਵੇਖੇ ਵੀ ਮੈਂ ਬੋਲ ਕੀ ਰਿਹਾ ਵਾਂ, ਕਿੱਥੇ ਜਾ ਕੇ ਉਹਦਾ ਅਸਰ ਪਏਗਾ, ਸੰਗਤ ਦੇ ਹਿਰਦੇ ਵਲੁੰਦਰੇ ਗਏ, ਉਸ ਤੋਂ ਬਾਅਦ ਕਿੰਨਾ ਵਾਦ ਵਿਵਾਦ ਹੋਇਆ। ਲੋਕਾਂ ਨੂੰ ਫਰਕ ਨਹੀਂ ਪੈਂਦਾ ਭਾਜੀ ਕੋਈ ਵੀ, ਇਹਨਾਂ ਲੋਕਾਂ ਨੂੰ ਜੇ ਫਰਕ ਪੈਂਦਾ ਹੋਵੇ ਤਾਂ ਇਹ ਕਰਤੂਤਾਂ ਕਾਰਨ ਹੀ ਕਿਉਂ ਇਹੋ ਜਿਹੀਆਂ। ਇਹ ਲੋਕ ਜਿਹੜੇ ਨੇ, ਮੈਂ ਤੁਹਾਨੂੰ ਦੱਸਿਆ ਵੀ ਇਹ ਚੰਦ ਸਮੇਂ ਦੀ ਫੋਕੀ ਵਾਹ ਵਾਹ ਦੇ ਵਾਸਤੇ ਇਹਨਾਂ ਨੂੰ ਖੂਹ ਛਾਲ ਮਾਰਨ ਨੂੰ ਜਿਵੇਂ ਖਲੀ ਦਾ ਪੰਗਾ ਲੈ ਲਿਆ ਸੀ ਜਾ ਕੇ ਬਾਂਹ ਤੜਵਾ ਕੇ ਆਇਆ ਉੱਥੇ ਆਪਣੀ। ਸੋ ਇਹਨਾਂ ਨੇ ਖੂਹ ਛਾਲ ਮਾਰਨ, ਇਹਨਾਂ ਨੇ ਮਾਰ ਦੇਣੀ ਹੈ ਚੰਦ ਫੋਕੀ ਦੀ ਛਿੱਲੜਾਂ ਦੀ ਖਾਤਰ ਅਤੇ ਫੋਕੀ ਵਾਹ ਵਾਹ ਦੀ ਖਾਤਰ। ਅੱਜ ਇੱਥੇ ਆਇਆ ਜੱਥਾ ਸਿਰਲਤ ਖਾਲਸਾ ਵੱਲੋਂ ਇਹਨੂੰ ਮਾਫ਼ ਕੀਤਾ ਗਿਆ ਜਾਂ ਕੋਈ ਅੱਗੋਂ ਇਹਨੂੰ ਸਜ਼ਾ ਦਿੱਤੀ ਗਈ ਹੈ ਜਾਂ ਤਾੜਨਾ ਕੀਤੀ ਗਈ, ਕੀ ਕੀਤਾ ਗਿਆ? ਨਹੀਂ, ਜੱਥਾ ਸਿਰਲਤ ਖਾਲਸਾ ਇਕੱਲਾ ਨਹੀਂ, ਪੂਰੀ ਸੰਗਤ ਇੱਥੇ ਜਿਹੜੀ ਸੀ ਹਾਜ਼ਰ ਸੀਗੀ, ਜਥੇਬੰਦੀਆਂ ਸਾਰੀਆਂ ਦੇ ਹਾਜ਼ਰ ਦੇ ਵਿੱਚ ਗੁਰੂ ਸਾਹਿਬ ਕੋਲੋਂ ਇਹਨੇ ਮਾਫ਼ੀ ਮੰਗੀ ਹੈ ਅਤੇ ਗੁਰੂ ਸਾਹਿਬ ਦੀ ਹਾਜ਼ਰੀ ਸੰਗਤ ਵੱਲੋਂ ਇਹਨੂੰ ਮਾਫ਼ ਕੀਤਾ ਗਿਆ ਵਾ, ਮੌਕਾ ਕੇ ਦਿੱਤਾ ਗਿਆ ਵਾ ਤਾੜਨਾ ਕਰਕੇ। ਜੇਕਰ ਦੁਬਾਰਾ ਇਹਨੇ ਕੋਈ ਕਰਤੂਤ ਕੀਤੀ ਫਿਰ ਬਣਦੀ ਕਾਰਵਾਈ ਤੇ ਕਰਾਵਾਂਗੇ ਜੀ। ਅੱਛਾ, ਇੱਕ ਹਟ ਕੇ ਸਵਾਲ ਹੈ, ਅੰਮ੍ਰਿਤਸਰ ਦਾ ਨਾਮ ਅੰਬਰਸਰ ਲਿਖਿਆ ਗਿਆ ਸੀ ਟ੍ਰਿਲੀਅਮ ਮੋਲ ਦੇ ਬਾਹਰ, ਤੁਹਾਡੇ ਵੱਲੋਂ ਜਾ ਕੇ ਉਸਨੂੰ ਬੰਦ ਕਰਵਾ ਗਿਆ, ਕੀ ਲੱਗਦਾ ਕਿ ਹੁਣ ਨਾਮ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਾਂ ਅੰਮ੍ਰਿਤਸਰ ਨੂੰ ਪੇਂਡੂ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ? ਨਹੀਂ, ਸਾਨੂੰ ਪਤਾ ਲੱਗਾ ਸਰ, ਦੱਸਿਆ ਸਿੰਘਾਂ ਨੇ, ਅਸੀਂ ਉਸੇ ਵੇਲੇ ਜਾ ਕੇ ਉੱਥੇ ਮੀਡੀਆ ਵਾਲੇ ਵੀਰ ਵੀ ਉੱਥੇ ਹਾਜ਼ਰੀ 'ਚ ਉੱਥੋਂ ਦੀ ਮੈਨੇਜਮੈਂਟ ਨਾਲ ਗੱਲ ਕੀਤੀ। ਉਹਨਾਂ ਵੱਲੋਂ ਸਾਨੂੰ ਹੁਣ ਇਹੀ ਦੱਸਿਆ, ਜਿਵੇਂ ਆਪਾਂ ਦੱਸ ਰਹੇ ਹਾਂ ਵੀ ਉਹ ਅਣਜਾਣਤਾ ਪ੍ਰਗਟ ਕਰ ਦਿੱਤੀ ਜੀ, ਸਾਨੂੰ ਪਤਾ ਨਹੀਂ ਜੀ, ਉੱਥੇ ਕਮੇਟ ਸਾਡੀ ਮੈਨੇਜਮੈਂਟ ਨੂੰ ਪਤਾ ਹੋਊਗਾ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਮੇਲ ਪਾਵਾਂਗੇ, ਸਿੰਗਾਪੁਰ ਦੀ ਕੰਪਨੀ ਉਹ ਜਿਹਾ ਐਕਸਕਿਊਜ਼ ਦਿੱਤੇ ਗਏ ਸੀ, ਪਰ ਸਾਡੇ ਵੱਲੋਂ ਉਹਨੂੰ ਤਾੜਨਾ ਕਰਕੇ ਆਏ ਹਾਂ, ਤੋ ਜਿਹੜਾ ਸੀਗਾ ਲਿਖਿਆ ਉਹ ਢਕਾ ਦਿੱਤਾ, ਤਰਪਾਲ ਪਾ ਦਿੱਤੀ ਉੱਤੇ, ਅਤੇ ਨਾਲ ਉਹਨੂੰ ਦੱਸ ਕੇ ਆਏ ਹਾਂ ਵੀ ਅਸੀਂ ਇਹ ਲਿਖਣ ਨਹੀਂ ਤੁਹਾਨੂੰ ਦੇਣਾ। ਪੇਂਡੂ ਟੱਚ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਵੇਖੋ ਕਰੋੜਾਂ ਰੁਪਈਆ ਦੇ ਮੋਲ ਨੇ, ਉੱਥੇ ਤਾਂ ਪੇਂਡੰ ਨੂੰ ਕਿਸੇ ਨੂੰ ਵੰਨ ਨਹੀਂ ਦਿੰਦੇ। ਜੇ ਕਿਤੇ ਪੇਂਡੂ ਪਹਿਰਾਵੇ ਚੱਲ ਜੇ, ਪਿੱਛੇ ਜੀ ਮੈਂ ਦੇਖ ਰਿਹਾ ਸੀ ਕੋਈ ਨੌਜਵਾਨ ਚਾਦਰ ਕੁੜਤੇ ਗਿਆ ਸੀ, ਅੰਦਰ ਸੀ ਵੜ ਦਿੱਤੇ। ਸੋ ਇਹ ਸਾਰੀਆਂ ਇਹਨਾਂ ਦੀਆਂ ਚਵਲਾਂ ਹੁੰਦੀਆਂ ਨੇ, ਜਾਣ ਬੁੱਝ ਕੇ ਮਾਰਦੇ ਨੇ, ਕਿਤੇ ਐਡੇ ਕਮਲੇ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਵੀ ਅੰਮ੍ਰਿਤਸਰ ਨਹੀਂ ਲਿਖਣਾ। ਸ਼੍ਰੀ ਅੰਮ੍ਰਿਤਸਰ ਸਾਹਿਬ ਸਤਿਕਾਰ ਨਾਲ ਆਪਾਂ ਨਾਂ ਲੈਂਦੇ ਹਾਂ, ਗੁਰੂ ਸਾਹਿਬ ਵੱਲੋਂ ਵਰਸੋਈ ਇਹ ਧਰਤੀ ਆ, ਇੱਥੇ ਬੜੇ ਬੜੇ ਪਵਿੱਤਰ ਸਥਾਨ ਨੇ, ਹਰ ਧਰਮ ਦਾ ਸਤਿਕਾਰ ਇੱਥੇ ਕੀਤਾ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਲੋਕ ਜਿਹੜੇ ਨੇ ਜਾਣ ਬੁੱਝ ਕੇ, ਕਿਉਂਕਿ ਮੈਂ ਇਹ ਨਹੀਂ ਕਹੂੰਗਾ ਵੀ ਅਣਜਾਣਤਾ ਵਸ, ਕਿਉਂਕਿ ਅਣਜਾਣਤਾ ਵਸ ਹੁੰਦਾ ਭਾਅ ਜੀ ਜਿਹੜਾ ਤੁਹਾਨੂੰ ਪਤਾ ਨਾ ਹੋਵੇ ਤੁਸੀਂ ਗੱਲ ਕਰ ਦਿਓ, ਇਹ ਲੋਕਾਂ ਨੂੰ ਪਤਾ ਸਾਰਾ ਕੁਛ ਆ, ਪਰ ਇਹ ਜਾਣ ਬੁੱਝ ਕੇ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਜਿਹਦੇ ਨਾਲ ਇਹ ਚਾਹੁੰਦੇ ਨੇ ਵੀ ਕੋਈ ਨਾ ਕੋਈ ਇਹੋ ਜਿਹਾ ਮੁੱਦਾ ਪੈਦਾ ਹੋ ਜਾਵੇ, ਚੁੰਡੀਆਂ ਵੱਢ ਕੇ ਵੇਖੀਆਂ ਜਾਂਦੀਆਂ, ਪਰ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੂਗਾ, ਜਿੰਨੀ ਕੁ ਜ਼ਮੀਰਾਂ ਜਾਗਦੀਆਂ ਨੇ ਉਹ ਵਿਰੋਧ ਕਰਨਗੀਆਂ। ਤੂੰ ਸ਼ਟਰਾਂ ਵਾਲਾ ਜਿੱਦਾਂ ਕਹਿਣਾ ਹੈ ਕਿ ਅਣਜਾਣੇ ਵਿੱਚ ਉਹਦੇ ਕੋਲ ਇਹ ਗੱਲ ਬੋਲੀ ਗਈ, ਹਾਲਾਂਕਿ ਉਸਨੂੰ ਨਹੀਂ ਸੀ ਪਤਾ ਕਿ ਇਸ ਗੱਲ ਦਾ ਕੀ ਮਤਲਬ ਹੈ, ਜਿਸ ਦੇ ਚੱਲਦਿਆਂ ਉਸਨੇ ਦੇਖਿਆ ਕਿ ਸਮੂਹ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਕਾਫੀ ਰੋਸ ਪਾਇਆ ਜਾ ਰਿਹਾ, ਜਿਸ ਤੋਂ ਬਾਅਦ ਅੱਜ ਉਹ ਇੱਥੇ ਅੰਮ੍ਰਿਤਸਰ ਆ ਕੇ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਆ ਕੇ ਉਹਦੇ ਵੱਲੋਂ ਮਾਫ਼ੀ ਮੰਗੀ ਗਈ ਆ, ਅਤੇ ਜਿਹੜੇ ਸਿੱਖ ਜਥੇਬੰਦੀਆਂ ਉਹਨਾਂ ਨੇ ਵੀ ਨੀਟੂ ਸ਼ਟਰਾਂ ਵਾਲੇ ਨੂੰ ਮਾਫ਼ ਕੀਤਾ, ਅਤੇ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਕਦੇ ਵੀ ਇਹੋ ਜਿਹੀ ਹਰਕਤ ਨਹੀਂ ਕਰੇਗਾ। ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਮੁਕੇਸ਼ ਮਹਿਰਾ, ਅੰਮ੍ਰਿਤਸਰ।